ਹੈਲੋ ਮੈਂ ਸੁਜਿੰਦਰ ਸਿੰਘ ਕੋਪ ਇਮੀਗ੍ਰੇਸ਼ਨ ਸਰਵਿਸ ਤੋਂ ਅੱਜ ਤੁਹਾਡੇ ਲਈ ਜਿਹੜੀ ਇਨਫੋਰਮੇਸ਼ਨ ਵੀਡੀਓ ਲੈ ਕੇ ਆਏ ਹਾਂ ਇਹਦੇ ਵਿੱਚ ਅਸੀਂ ਤੁਹਾਨੂੰ ਵੈਸਟਰਨ ਆਸਟ੍ਰੇਲੀਆ ਦੀ ਜਿਹੜੇ ਨਵੇਂ ਪਰਸੋਂ ਉਹਨਾਂ ਨੇ ਆਪਣਾ ਕ੍ਰਾਈਟੀਰੀਆ ਕੱਢਿਆ ਹੈ 491 ਦਾ ਉਹਦੇ ਬਾਰੇ ਗ੍ਰੈਜੂਏਟ ਆਕੂਪੇਸ਼ਨ ਲਿਸਟ ਉਹਨਾਂ ਨੇ ਕੱਢੀ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਐਜੂਕੇਟ ਕਰਾਂਗੇ ਜਾਂ ਇਨਫੋਰਮੇਸ਼ਨ ਦਿਆਂਗੇ ਸੋ ਇਹਦੇ ਵਿੱਚ ਦੋ ਵੈਸਟਰਨ ਆਸਟ੍ਰੇਲੀਆ ਦੇ ਦੋ ਆਕੂਪੇਸ਼ਨ ਲਿਸਟ ਨੇ ਇੱਕ ਤਾਂ ਮੇਨ ਆਕੂਪੇਸ਼ਨ ਲਿਸਟ ਹੈ ਜਿਹਨੂੰ ਆਪਾਂ ਕਹਿ ਦਿੰਦੇ ਵੈਸਟਰਨ ਆਸਟ੍ਰੇਲੀਅਨ ਸਕਿੱਲਡ ਮਾਈਗ੍ਰੇਸ਼ਨ ਆਕੂਪੇਸ਼ਨ ਲਿਸਟ ਦੂਜੀ ਹੈਗੀ ਹੈ ਗ੍ਰੈਜੂਏਟ ਆਕੂਪੇਸ਼ਨ ਲਿਸਟ ਮੋਟੇ ਤੌਰ 'ਤੇ ਕਹਿ ਲਈਏ ਵੀ ਅਸੀਂ ਜ਼ਿਆਦਾ ਫੋਕਸ ਗ੍ਰੈਜੂਏਟ ਆਕੂਪੇਸ਼ਨ ਲਿਸਟ 'ਤੇ ਕਰਾਂਗੇ ਜਿਹੜੇ ਸਟੂਡੈਂਟਸ ਸਾਡੇ ਬਹੁਤਾ ਜਿਹੜਾ ਕਲਾਈਂਟਲ ਆ ਉਹ ਉਧਰਲੇ ਪਾਸੇ ਫਿੱਟ ਹੋਊਗਾ ਬਟ ਫਿਰ ਵੀ ਮੈਂ ਬਰੀਫ ਵਿੱਚ ਤੁਹਾਨੂੰ ਜਿਹੜੀ ਵੈਸਟਰਨ ਆਸਟ੍ਰੇਲੀਅਨ ਸਕਿੱਲਡ ਮਾਈਗ੍ਰੇਸ਼ਨ ਆਕੂਪੇਸ਼ਨ ਲਿਸਟ ਹੈ ਇਹਦੇ 'ਚ 18 ਦੇ ਕਰੀਬ ਹੀ ਆਕੂਪੇਸ਼ਨਸ ਨੇ ਅਤੇ ਸਾਰੀਆਂ ਹੀ ਇਹ ਮੈਡੀਕਲ ਪ੍ਰੋਫੈਸ਼ਨ ਨਾਲ ਸੰਬੰਧਿਤ ਨੇ ਇਹਦੇ ਵਿੱਚ ਨਰਸਿੰਗਸ ਵੀ ਹੈਗੀਆਂ ਨਿਊਰੋਜਨ ਸਰਜਨ ਹੈ ਮਿਡਫਾਈ ਵਾਈਫ ਹੈ ਜਨਰਲ ਪ੍ਰੈਕਟੀਸ਼ਨਰ ਹੈ ਸੋ ਇਹ ਤੁਸੀਂ ਚੈੱਕ ਲਿਸਟ ਜਿਹੜੀ ਹੈ ਆਕੂਪੇਸ਼ਨ ਲਿਸਟ ਹੈ ਸਾਡੇ ਫੇਸਬੁੱਕ ਪੇਜ 'ਤੇ ਮੈਂ ਹੁਣੇ ਪਾ ਕੇ ਹਟਿਆ ਉੱਥੇ ਦੇਖ ਸਕਦੇ ਹੋ ਜਿਹੜੇ ਬੰਦੇ ਵੀ ਹੈ ਉਹ 190 ਲਈ ਵੀ ਪਾ ਸਕਦੇ ਨੇ ਐਕਸਪ੍ਰੈਸ਼ਨ ਆਫ ਇੰਟਰਸਟ ਅਤੇ 491 ਲਈ ਵੀ ਪਾ ਸਕਦੇ ਡਿਪੈਂਡ ਕਰਦਾ ਵੀ ਉਹਨਾਂ ਦੀ ਸਿਚੁਏਸ਼ਨ ਕੀ ਹੈ ਜੇ ਆਪਾਂ ਜਿਹੜੀ ਪਹਿਲਾਂ ਲਿਸਟ ਜਿਹੜੀ ਹੈਗੀ ਹੈ ਸਕਿੱਲਡ ਮਾਈਗ੍ਰੇਸ਼ਨ ਲਿਸਟ ਨੂੰ ਆਪਾਂ ਦੇਖੀਏ ਇਹਦੇ ਵਿੱਚ ਜੇ ਤੁਸੀਂ ਇਹਦੇ 'ਚੋਂ ਕੋਈ ਲਿਸਟ ਆਕੂਪੇਸ਼ਨ ਚੂਜ਼ ਕਰਦੇ ਹੋ ਤਾਂ ਉਹ ਕਹਿੰਦੇ ਤੁਹਾਨੂੰ 1 ਸਾਲ ਆਸਟ੍ਰੇਲੀਆ ਦਾ ਐਕਸਪੀਰੀਅੰਸ ਚਾਹੀਦਾ ਜਾਂ ਫਿਰ ਤੁਹਾਨੂੰ 3 ਸਾਲ ਓਵਰਸੀਜ਼ ਦਾ ਐਕਸਪੀਰੀਅੰਸ ਚਾਹੀਦਾ ਇਨ ਨੋਮੀਨੇਟ ਆਕੂਪੇਸ਼ਨ ਪਲੱਸ ਤੁਹਾਨੂੰ 1 ਸਾਲ ਦੀ ਕੋਈ ਇੰਪਲੋਇਮੈਂਟ ਕੰਟਰੈਕਟ ਕੋਈ ਜੋਬ ਆਫਰ ਚਾਹੀਦੀ ਹੈ ਆਪਣੀ ਹੀ ਆਕੂਪੇਸ਼ਨ ਦੇ ਵਿੱਚ ਅਤੇ ਦੂਜੀ ਚੀਜ਼ ਇਹਨਾਂ ਨੇ ਕਹੀ ਹੈ ਵੀ ਜਿਹੜੇ ਇੰਗਲਿਸ਼ ਦੀ ਰਿਕੁਆਇਰਮੈਂਟਸ ਨੇ ਉਹ ਜਿਹੜੀਆਂ ਅਤੇ ਗਰੁੱਪ 1 ਅਤੇ ਗਰੁੱਪ 2 ਦੇ ਪ੍ਰੋਫੈਸ਼ਨਲ ਅਤੇ ਮੈਨੇਜਰਸ ਨੇ ਇਸ ਲੈਵਲ ਦੇ ਜਿਹੜੇ ਹੈਗੇ ਨੇ ਆਕੂਪੇਸ਼ਨਸ ਉਹਨਾਂ ਲਈ ਪ੍ਰੋਫੈਸ਼ਨਲ ਇੰਗਲਿਸ਼ ਚਾਹੀਦੀ ਹੈ 7 ਇੰਚ ਇਕੁਇਲੈਂਟ ਚਾਹੀਦੇ ਨੇ ਆਈਲੈਟਸ ਵਿੱਚੋਂ ਜਾਂ ਇਕੁਇਲੈਂਟ ਪੀ ਟੀ ਵਿੱਚੋਂ ਬਾਕੀ ਜਿਹੜੀ ਉਹਦਾ ਥ੍ਰੈਸ਼ਹੋਲਡ ਰਿਕੁਆਇਰਮੈਂਟ ਅਗੇਨ ਉਹੀ ਹੈ 6 ਇੰਚ ਹੈਗੀ ਹੈ ਅਤੇ ਇਹ ਹੈਗਾ ਸਿੰਪਲੀ ਸਕਿੱਲਡ ਮਾਈਗ੍ਰੇਸ਼ਨ ਆਕੂਪੇਸ਼ਨ ਲਿਸਟ ਜੇ ਬੰਦੇ ਨੇ ਓਵਰਸੀਜ਼ ਤੋਂ ਕਰਨਾ 3 ਸਾਲ ਦਾ ਐਕਸਪੀਰੀਅੰਸ ਹੈ ਜਾਂ ਕਿਸੇ ਵੀ ਹੋਰ ਸਟੇਟ 'ਚ ਬੈਠਾ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਪਰ ਉਹਦੀ ਆਕੂਪੇਸ਼ਨ ਜਿਹੜੀ ਹੈ ਬਸ 18 ਕੁ ਆਕੂਪੇਸ਼ਨ ਦੇ ਵਿੱਚੋਂ ਹੀ ਉਹਨੂੰ ਚੂਜ਼ ਕਰਨੀ ਪੈਣੀ ਹੈ ਅਤੇ ਵੱਡੀ ਚੇਂਜ ਜਿਹੜੀ ਹੈ ਲੈ ਕੇ ਆਏ ਨੇ ਉਹ ਲੈ ਕੇ ਆਏ ਨੇ ਗ੍ਰੈਜੂਏਟ ਆਕੂਪੇਸ਼ਨ ਲਿਸਟ ਦੇ ਵਿੱਚ ਪਹਿਲਾਂ ਇਹਨਾਂ ਦਾ ਸੀਗਾ ਵੀ ਤੁਸੀਂ ਸਿਰਫ ਯੂਨੀਵਰਸਿਟੀ ਗ੍ਰੈਜੂਏਟਸ ਨੂੰ ਹੀ ਜ਼ਿਆਦਾ ਪ੍ਰੈਫਰ ਕਰਦੇ ਸੀ ਹੁਣ ਇਹਨਾਂ ਨੇ ਵੋਕੇਸ਼ਨਲ ਕੋਰਸਿਸ ਨੇ ਡਿਪਲੋਮਾ ਸਰਟੀਫਿਕੇਟ 4 ਸਰਟੀਫਿਕੇਟ 3 ਇਹਨਾਂ ਨੂੰ ਵੀ ਹੁਣ ਉਹਨਾਂ ਨੇ ਇੰਕਲੂਡ ਕਰ ਲਿਆ ਹੈਗਾ ਹੁਣ ਜਿਹੜਾ ਗ੍ਰੈਜੂਏਟਸ ਨੇ ਉਸ ਸਟੇਟ ਦੇ ਵੈਸਟਰਨ ਆਸਟ੍ਰੇਲੀਆ ਦੇ ਗ੍ਰੈਜੂਏਟਸ ਇਹਨੂੰ ਮੋਟੇ ਤੌਰ 'ਤੇ ਦੇਖ ਲਓ ਕਿਸੇ ਵੀ ਹੋਰ ਸਟੇਟ 'ਚ ਬੈਠ ਕੇ ਤੁਸੀਂ ਵੈਸਟਰਨ ਆਸਟ੍ਰੇਲੀਆ ਦਾ ਜਿਹੜੀ ਆਕੂਪੇਸ਼ਨ ਅਜੇ ਅਪਲਾਈ ਕਰਨੀ ਹੈ ਅਤੇ ਉਹਦੇ ਲਈ ਤੁਹਾਨੂੰ ਆਹ 18 ਆਕੂਪੇਸ਼ਨ ਜਿਹੜੀਆਂ ਨੇ ਮੇਨ ਆਕੂਪੇਸ਼ਨ ਲਿਸਟ ਹੈਗੀ ਹੈ ਜਿਹਦੇ 'ਚ ਤੁਹਾਨੂੰ ਸਾਲ ਦਾ ਐਕਸਪੀਰੀਅੰਸ ਚਾਹੀਦਾ ਆਸਟ੍ਰੇਲੀਆ ਦਾ ਜਾਂ ਓਵਰਸੀਜ਼ 3 ਸਾਲ ਦਾ ਐਕਸਪੀਰੀਅੰਸ ਹੁਣੇ ਆਪਾਂ ਗੱਲ ਕਰਕੇ ਹਟੇ ਹਾਂ ਉਹ ਕਰ ਸਕਦੇ ਹੋ ਤੁਸੀਂ ਬਟ ਇੱਕ ਉਹਨਾਂ ਦਾ ਦੂਜਾ ਆਪਸ਼ਨ ਹੈ ਗ੍ਰੈਜੂਏਟ ਜਿਹੜੇ ਸਾਡੇ ਉਹਨਾਂ ਦੀ ਸਟੇਟ 'ਤੇ ਨੇ ਵੈਸਟਰਨ ਆਸਟ੍ਰੇਲੀਆ ਦੇ ਉਹਦੇ ਵਿੱਚ ਉਹ ਕਹਿੰਦੇ ਨੇ ਵੀ ਤੁਸੀਂ ਸਾਡੀ ਸਟੇਟ ਦੇ 2 ਸਾਲ ਦੀ ਸਟੱਡੀ ਕਰੋ 2 ਸਾਲ ਦੀ ਸਟੱਡੀ ਵਿੱਚ ਪਹਿਲਾਂ ਤਾਂ ਉਹ ਕਹਿੰਦੇ ਸੀਗੇ ਮਾਸਟਰ ਡਿਗਰੀ ਬੈਚਲਰ ਡਿਗਰੀ ਕੁਛ ਗ੍ਰੈਜੂਏਟ ਡਿਪਲੋਮਾ ਵੀ ਕੰਸਿਡਰ ਕੀਤਾ ਜਾ ਸਕਦਾ ਹੁਣ ਉਹਨਾਂ ਨੇ ਵੋਕੇਸ਼ਨਲ ਵੀ ਪਾਤੇ ਨੇ ਡਿਪਲੋਮਾ ਸਰਟੀਫਿਕੇਟ 4, 3 ਇਹ ਸਾਰੇ ਉਹਨਾਂ ਨੇ ਇੰਕਲੂਡ ਕਰ ਲਏ ਸੋ 2 ਸਾਲ ਦੀ ਸਟੱਡੀ ਚਾਹੀਦੀ ਹੈ ਤੁਹਾਨੂੰ 2 ਸਾਲ ਦੀ ਸਟੱਡੀ ਚਾਹੀਦੀ ਹੈ ਅਤੇ ਜਿਹੜੀ ਲਿਸਟ ਆਫ ਆਕੂਪੇਸ਼ਨਸ ਹੈ ਇਹਦੇ 'ਚ ਬਹੁਤ ਆਕੂਪੇਸ਼ਨਸ ਨੇ ਇਹ ਵੀ ਮੈਂ ਉੱਤੇ ਪਾ ਦਿੱਤੀਆਂ ਹਨ ਆਪਣੇ ਫੇਸਬੁੱਕ ਪੇਜ 'ਤੇ ਉਸ ਆਕੂਪੇਸ਼ਨ ਜਿਹੜੀਆਂ ਕਿ ਥੋੜ੍ਹੀਆਂ ਕਿ ਮੈਂ ਬੋਲ ਦਿੰਦਾ ਜਿਹੜੀਆਂ ਕਿ ਸ਼ਾਇਦ ਤੁਹਾਡੇ ਇੰਟਰਸਟ ਵਿੱਚ ਹੋਣ ਅਕਾਊਂਟੈਂਟ ਕਾਫੀ ਬੈਠੇ ਨੇ ਬੇਕਰ ਕੈਫੇ ਰੈਸਟੋਰੈਂਟ ਮੈਨੇਜਰ ਸ਼ੈੱਫ ਕਮਿਊਨਿਟੀ ਵਰਕਰ ਕੰਪਿਊਟਰ ਨੈਟਵਰਕ ਐਂਡ ਸਿਸਟਮ ਇੰਜੀਨੀਅਰ ਕਾਨਫਰੰਸ ਐਂਡ ਈਵੈਂਟ ਔਰਗਨਾਈਜ਼ਰ ਡਿਸੇਬਿਲਿਟੀ ਸਪੋਰਟ ਆਫਿਸਰ ਜਿਹੜੀਆਂ ਕਿ ਥੋੜ੍ਹੀਆਂ ਜਿਹੀਆਂ ਮੈਂ ਅਕਸਰ ਅਸੀਂ ਡੀਲ ਕਰਦੇ ਹਾਂ ਫਾਈਨੈਂਸ਼ੀਅਲ ਬ੍ਰੋਕਰ ਹੈ ਪੋਰਟਲ ਮੋਟਲ ਮੈਨੇਜਰ ਹੈ ICT ਪ੍ਰੋਜੈਕਟ ਮੈਨੇਜਰ ਹੈ ICT ਸਿਕਿਉਰਿਟੀ ਸਪੈਸ਼ਲਿਸਟ ਹੈ ਇੰਸ਼ੋਰੈਂਸ ਬ੍ਰੋਕਰ ਹੈ ਨੈਟਵਰਕ ਐਨਾਲਿਸਟ ਹੈ ਨੈਟਵਰਕ ਐਡਮਿਨਿਸਟ੍ਰੇਟਰ ਹੈ ਸੋ ਇਹ ਕੁਛ ਆਕੂਪੇਸ਼ਨ ਜਿਹੜੀਆਂ ਮੈਂ ਜਸਟ ਬਰੀਫਲੀ ਦੱਸੀਆਂ ਵੈਸੇ ਤੁਸੀਂ ਇਹਨਾਂ ਦੀ ਲਿਸਟ ਨੂੰ ਪੂਰੀ ਨੂੰ ਦੇਖ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਆਕੂਪੇਸ਼ਨਸ ਦੇ ਵਿੱਚ ਤੁਸੀਂ ਕੋਈ ਸਟੱਡੀ ਕੀਤੀ ਇਹਦੇ ਰਿਲੇਟਡ 2 ਸਾਲ ਦੀ ਸਟੱਡੀ ਹੋਣੀ ਚਾਹੀਦੀ ਹੈ ਵੈਸਟਰਨ ਆਸਟ੍ਰੇਲੀਆ 'ਚ ਹੋਣੀ ਚਾਹੀਦੀ ਹੈ ਪਲੱਸ ਉਹ ਕਹਿੰਦੇ ਨੇ ਵੀ 6 ਮੰਥ ਤੁਸੀਂ ਆਪਣੇ ਆਕੂਪੇਸ਼ਨਸ ਜਾਂ ਉਹਦੀ ਕਲੋਜ ਰਿਲੇਟਡ ਆਕੂਪੇਸ਼ਨ 'ਚ ਕੰਮ ਕੀਤਾ ਹੋਵੇ ਜਾਂ 6 ਮਹੀਨੇ ਦਾ ਤੁਹਾਡੇ ਕੋਲ ਇੰਪਲੋਇਮੈਂਟ ਕੰਟਰੈਕਟ ਹੋਵੇ ਜਾਂ ਜੋਬ ਆਫਰ ਹੋਵੇ ਆਪਣੇ ਫੀਲਡ ਵਿੱਚ ਇਹ ਜਿਹੜੀ ਗ੍ਰੈਜੂਏਟ
ਆਕੂਪੇਸ਼ਨ ਲਿਸਟ ਆ, ਇਹਦੇ 'ਚ ਹੁਣ ਕਿਹੜੇ ਬੰਦੇ ਇੱਥੇ ਕਹਿ ਲਈਏ ਵੀ ਆਪਣੇ ਜਿਹਨਾਂ ਦਾ ਚਾਂਸ ਬਣ ਸਕਦਾ ਹੈ, ਜਾਂ ਤਾਂ ਸਟੂਡੈਂਟ ਸਟੱਡੀ ਉੱਥੇ ਕਰਨ ਜਿਹੜੀ ਇੱਥੇ ਸਿਡਨੀ ਜਾਂ ਮੈਲਬਰਨ 'ਚ ਸਟੱਡੀ ਕਰ ਰਹੇ ਨੇ, ਉਹ ਜੇ ਤਾਂ ਵੈਸਟਰਨ ਆਸਟ੍ਰੇਲੀਆ 'ਚ ਇੰਟਰਸਟਡ ਨੇ ਤਾਂ ਉੱਥੇ ਸਟੱਡੀ ਉੱਥੇ ਕਰ ਲੈ। ਜੇ ਉੱਥੇ ਸਟੱਡੀ ਕਰਦੇ ਨੇ ਬਾਅਦ ਵਿੱਚ ਉਹਨਾਂ ਨੂੰ ਪੀ ਆਰ ਮਿਲਦੀ ਹੈ, ਡਿਊਰਿੰਗ ਦੈਟ ਉਹ ਆਪਣਾ ਫੀਲਡ 'ਚ ਕੰਮ ਵੀ ਲੱਭ ਸਕਦੇ ਨੇ, 6 ਮਹੀਨੇ ਕੰਮ ਕਰਕੇ ਆਪਣੀ ਨੋਮੀਨੇਸ਼ਨ ਵੀ ਲੈ ਸਕਦੇ ਨੇ, ਸਾਲ ਦਾ ਕੰਮ ਕਰਕੇ ਹੋ ਸਕਦਾ ਉਹ ਜੇ ਉਹਨਾਂ ਦੀ ਆਕੂਪੇਸ਼ਨ ਦੂਜੀ ਲਿਸਟ 'ਤੇ ਹੈਗੀ ਹੈ ਜਿਹੜੀ ਸਕਿੱਲਡ ਮਾਈਗ੍ਰੇਸ਼ਨ ਲਿਸਟ 'ਚ ਹੈ, ਤਾਂ ਉਹ 190 ਦਾ ਵੀ ਅਪਲਾਈ ਕਰ ਸਕਦੇ ਨੇ। 491 ਆਪਣਾ 5 ਸਾਲ ਦਾ ਵੀਜ਼ਾ ਹੈ, 3 ਸਾਲ ਉੱਥੇ ਰਹਿ ਕੇ ਕਿਸੇ ਵੀ ਰੀਜਨਲ ਏਰੀਏ 'ਚ ਜਿਹੜੇ ਡੈਜੀਗਨੇਟਡ ਪੋਸਟ ਕੋਡ ਉਹਨਾਂ 'ਚ ਰਹਿ ਕੇ, ਇੱਕ ਵਾਰੀ ਅਪਰੂਵ ਹੋ ਗਈ ਦੈਨ ਯੂ ਕੈਨ ਮੂਵ ਵਿਦ ਇਨ ਦਾ ਰੀਜਨਲ ਪੋਸਟ ਕੋਡ ਜਿਹੜੇ ਡਿਪਾਰਟਮੈਂਟ ਨੇ ਦਿੱਤੇ ਹੋਏ ਨੇ। ਸੋ ਮੋਟੇ ਤੌਰ 'ਤੇ ਕਹਿ ਲਈਏ ਕਿ ਜੇ ਤਾਂ ਬੰਦਾ ਗ੍ਰੈਜੂਏਟ ਹੈ ਉਸ ਸਟੇਟ ਦਾ ਤਾਂ ਉਹਦੇ ਚਾਂਸਿਸ ਹੀ ਜ਼ਿਆਦਾ ਨੇ, ਬਾਕੀ 18 ਆਕੂਪੇਸ਼ਨਸ ਅਸੀਂ ਦੇਖੀਆਂ ਨੇ ਉੱਦਾਂ ਉਹ ਹੈਗੀਆਂ ਨੇ ਦੇ ਆਰ ਦੇਅਰ, ਪਰ ਉਹਦੇ ਵਿੱਚੋਂ ਕੋਈ ਬਹੁਤਾ ਸਾਨੂੰ ਕਦੇ ਡੀਲ ਕਰਨ ਨੂੰ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਬੈਠੇ ਨੇ ਆਸਟ੍ਰੇਲੀਆ 'ਚ, ਬਹੁਤੀਆਂ ਆਕੂਪੇਸ਼ਨ ਉਹਨਾਂ ਵਿੱਚ ਸਿਰਫ ਨਰਸਿਸ ਹੀ ਨੇ ਜਿਹੜੀਆਂ ਜ਼ਿਆਦਾ ਅਸੀਂ ਕਦੇ ਡੀਲ ਕੀਤਾ, ਬਟ ਬਾਕੀ ਆਕੂਪੇਸ਼ਨਸ ਨਿਊਰੋਸਰਜਨ ਵਗੈਰਾ ਹੋ ਗਿਆ, ਇਹ ਅਸੀਂ ਕਦੇ ਨਾ ਹੀ ਪਹਿਲਾਂ ਡੀਲ ਕੀਤਾ ਤਾਂ ਨਾ ਹੀ ਕਦੇ ਇਹੋ ਜਿਹੀ ਇਨਕੁਆਰੀਸ ਆਈਆਂ ਨੇ। ਸੋ ਮੋਟੇ ਤੌਰ 'ਤੇ ਜੇ ਤਾਂ ਤੁਸੀਂ ਉਸ ਸਟੇਟ 'ਚ ਵੈਸਟਰਨ ਆਸਟ੍ਰੇਲੀਆ 'ਚ 2 ਸਾਲ ਦੀ ਸਟੱਡੀ ਕਰਦੇ ਹੋ, ਤੁਹਾਡਾ ਉੱਥੇ ਭਵਿੱਖ ਹੈ। ਪਰ ਜੇ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਸਿਡਨੀ 'ਚ ਬੈਠ ਕੇ ਮੈਲਬਰਨ 'ਚ ਬੈਠ ਕੇ ਅਸੀਂ ਉੱਥੇ ਅਪਲਾਈ ਕਰ ਦਈਏ, ਉਹ ਪੋਸੀਬਿਲਿਟੀ ਨਹੀਂ ਹੈ। ਇਹ ਤਾਂ ਹੁਣ ਕਹਿ ਲਈਏ ਕਿਸੇ ਸਟੇਟ ਵਿੱਚ ਵੀ ਅਜਿਹਾ ਕੋਈ ਕ੍ਰਿਟੀਰੀਆ ਨਹੀਂ ਦੇਖਣ ਨੂੰ ਮਿਲਦਾ ਜਿੱਦਾਂ ਪਹਿਲਾਂ ਹੁੰਦਾ ਸੀ ਵੀ ਤੁਸੀਂ ਇੱਕ ਸਟੇਟ 'ਚ ਬੈਠ ਕੇ ਕਿਸੇ ਹੋਰ ਸਟੇਟ ਦਾ ਵੀ ਇਨਵੀਟੇਸ਼ਨ ਦੀ ਉਮੀਦ ਕਰਦੇ ਸੀਗੇ। ਹੁਣ ਸਟੇਟਾਂ ਦੇ ਜਿਹੜੇ ਕ੍ਰਿਟੀਰੀਆਸ ਨੇ ਉਹ ਮੋਸਟਲੀ ਇਹੀ ਹੈ ਵੀ ਜਾਂ ਤਾਂ ਮੇਰੀ ਸਟੇਟ 'ਚ ਤੁਸੀਂ ਪੜ੍ਹਾਈ ਕੀਤੀ ਹੋਵੇ ਜਾਂ ਮੇਰੀ ਸਟੇਟ 'ਚ ਤੁਸੀਂ ਕੰਮ ਕੀਤਾ ਹੋਵੇ। ਸੋ ਵੈਸਟਰਨ ਆਸਟ੍ਰੇਲੀਆ ਨੂੰ ਆਪਾਂ ਸਮਅਪ ਕਰਦੇ ਹਾਂ, ਇਹ ਕਹਿ ਕੇ ਵੀ ਉਹਨਾਂ ਦੀ ਗ੍ਰੈਜੂਏਟ ਆਕੂਪੇਸ਼ਨ ਲਿਸਟ ਹੈ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ, ਉੱਥੇ 2 ਸਾਲ ਦੀ ਪੜ੍ਹਾਈ ਹੋਣੀ ਚਾਹੀਦੀ ਹੈ ਪਲੱਸ ਆਪਦੇ ਫੀਲਡ 'ਚ 6 ਮਹੀਨੇ ਦੀ ਜੋਬ ਕੀਤੀ ਹੋਵੇ ਜਾਂ ਇੱਕ ਜੋਬ ਦੀ ਔਫਰ ਹੋਵੇ 6 ਮੰਥ ਦੀ। ਸੋ ਇਹਦੇ ਨਾਲ ਹੀ ਅਸੀਂ ਅੱਜ ਦੀ ਇਹ ਛੋਟੀ ਜਿਹੀ ਵੀਡੀਓ ਜਿਹੜੀ ਹੈ ਇਹ ਫਿਨਿਸ਼ ਕਰਦੇ ਹਾਂ। ਜੇ ਤੁਹਾਡਾ ਕੋਈ ਵੀ ਕੁਐਸਚਨ ਹੈ, ਇਹ ਜਿਹੜਾ ਕੁਛ ਵੀ ਮੈਂ ਦੱਸਿਆ ਇਹ ਮਾਈਗ੍ਰੇਸ਼ਨ ਐਡਵਾਈਸ ਨਹੀਂ ਹੈ, ਇਸ ਇਨਫੋਰਮੇਸ਼ਨ ਬੇਸਡ ਵੀਡੀਓ ਹੈ। ਅਤੇ ਜੇ ਕੋਈ ਵੀ ਕੁਐਸਚਨ ਹੈ ਤੁਸੀਂ ਸਾਡੇ ਵੈਬਸਾਈਟ ਤੋਂ ਨੰਬਰ ਲੈ ਕੇ ਸਾਡੇ ਫੋਨ 'ਤੇ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ। ਸਾਡੇ ਮਾਈਗ੍ਰੇਸ਼ਨ ਏਜੰਟ ਆਰ ਮੋਰ ਦੈਨ ਹੈਪੀ ਟੂ ਅਸਿਸਟ ਯੂ ਵਿਦ ਐਨੀ ਕੁਐਸਚਨਸ ਯੂ ਮੇ ਹੈਵ। ਅਤੇ ਔਨ ਟੋਪ ਆਫ ਦੈਟ ਤੁਸੀਂ ਆਪਣੇ ਕਿਸੇ ਵੀ ਮਾਈਗ੍ਰੇਸ਼ਨ ਜਿਹਨਾਂ ਤੁਸੀਂ ਡੀਲ ਕਰਦੇ ਹੋ ਉਹਨਾਂ ਨੂੰ ਕਾਲ ਕਰਕੇ ਉਹਨਾਂ ਤੋਂ ਇਨਕੁਆਇਰੀਆਂ ਕਰ ਸਕਦੇ ਹੋ। ਸੋ ਫੋਰ ਦਿਸ ਟਾਈਮ ਥੈਂਕ ਯੂ ਵੈਰੀ ਮੱਚ, ਗੋਡ ਬਲੈਸ ਯੂ।